ਜਿਹੜੇ ਮੁੱਦੇ ਉਹਨਾਂ ਨੇ ਉਸ ਵਿੱਚ ਕਹੇ ਨੇ ਤੇ ਉਹਦੇ ਪਿੱਛੇ ਤਾਂ ਭਗਵੰਤ ਮਾਨ ਸਾਹਿਬ ਪਿਛਲੇ 10 ਸਾਲਾਂ ਤੋਂ ਸਖਾਸਤ ਕਰਦੇ ਆ ਰਹੇ ਸੀਗੇ ਇਹ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਇਸ ਤਰੀਕੇ ਬੁਲਾਇਆ ਵੀ ਆਜਾ ਆਪਾਂ ਬਹਿਸ ਕਰੀਏ ਲੰਬੇ ਸਮੇਂ ਤੋਂ ਅੱਜ ਜਿਹੜਾ ਤੁਹਾਨੂੰ ਚੈਲੰਜ ਦੇਣਾ ਇਹ ਚਾਹੀਦਾ ਸੀ ਕਿ ਮੈਂ ਡੇਢ ਸਾਲਾਂ 'ਚ ਆ ਕੁਝ ਕੀਤਾ ਆ ਰੈਵਨਿਊ ਮੈਂ ਜਨਰੇਟ ਕੀਤਾ 28 ਸਕੂਲ ਹੀ ਫੜ ਲੰਦੇ بجائے ਕਿ ਸਾਰੇ ਕਿਤੇ ਲੇਪਾ ਬੋਪੀ ਕਰਦੇ ਦੇ ਕੰਦੇ ਨਾ ਆਮ ਪਰਿਵਾਰ ਦਾ ਬੰਦਾ ਸੀ ਇਹ ਬਣ ਗਿਆ ਲੋਕਾਂ ਨੇ ਤੁਹਾਨੂੰ ਬਣਾਤਾ ਆਮ ਤੋਂ ਖਾਸ ਬਣਾਤਾ ਅਮਰੀਕਾ 'ਚ ਵੀ ਡਿਬੇਟ ਹੁੰਦੇ ਨੇ ਪਿਛਲੇ ਪਾਸਟ ਡਿਬੇਟ ਦੱਸਿਓ ਕਿੱਥੇ ਹੁੰਦੇ ਨੇ ਅਮਰੀਕਾ 'ਚ ਵੀ ਡਿਬੇਟ ਹੁੰਦੇ ਨੇ ਉਹ ਇਹ ਹੁੰਦੇ ਨੇ ਵੀ ਅਗਲੇ 5 ਸਾਲਾਂ 'ਚ ਆਪਾਂ ਕੀ ਲੈ ਕੇ ਆਵਾਂਗੇ ਫੇਰ ਭਗਵੰਤ ਮਾਨ ਸਾਹਿਬ ਫੇਰ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਉਹੀ ਚੀਜ਼ ਕਰ ਰਹੇ ਹੋ ਜਿਹੜੀ ਪਿਛਲੀਆਂ ਸਰਕਾਰਾਂ ਨੇ ਕੀਤੀ ਸੀ ਤੇ ਫੇਲ ਹੋਏ हां हम असि मानदे हां कि ਤੁਹਾਡੇ ਨਾਲ ਬਹਿਸ ਚ ਕੋਈ ਨਹੀਂ ਜਿੱਤ ਸਕਦਾ ਸ਼ਾਇਦ ਕਪਿਲ ਸ਼ਰਮਾ ਜਿੱਤ ਸਕਦਾ ਹੋਵੇ ਮੈਂ ਬੁੱਧੀਜੀਵੀ ਬੁਲਾਣਾ ਮੈਂ ਪਾਰਟੀਆਂ ਦੇ ਬੰਦੇ ਬੁਲਾਣਾ ਜਿਹੜੇ ਮਤਲਬ ਪ੍ਰਧਾਨ ਨੇ ਜਾਂ ਹੋਰ ਵੀ ਪਰ ਰਲ ਮਿਲ ਕੇ ਇਸ ਗੱਲ ਦੇ ਹੱਲ ਕਰੀਏ ਸਸ਼ੀਕਲ ਜੀ ਦਾ ਅਨਮਿਊਟ ਤੇ ਤੁਹਾਡਾ ਸਵਾਗਤ ਅੱਜ ਗੱਲ ਕਰਾਂਗੇ ਪੰਜਾਬ ਦੀ ਮੌਜੂਦਾ ਸਿਆਸਤ ਜਿਹੜੇ ਸਿਆਸਤ ਦੇ ਵਿੱਚ ਮਸਲੇ ਭਖੇ ਹੋਇਆ ਹੈ SBI L ਦਾ ਮੁੱਦਾ ਕਾਫੀ ਪਖਿਆ ਹੋਇਆ ਹੈ ਸਿਆਸੀ ਤਰ੍ਹਾਂ ਜਿਹੜੀਆਂ ਨੇ ਆਪੋ ਆਪਣੀ ਹਮਾਇਤ ਜਿਹੜੀ ਹੈ ਆਪੋ ਆਪਣੇ ਬਿਆਨ ਜਿਹੜੇ ਨੇ ਉਹ ਪੰਜਾਬ ਹਤੈਸ਼ੀ ਹੋਣ ਦੇ ਬਿਆਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਤੇ ਦੂਜੇ ਪਾਸੇ ਇੱਕ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜਾ ਚੈਲੰਜ ਕੀਤਾ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਆਪਾਂ ਇੱਕ ਬਹਿਸ ਕਰਾਂਗੇ ਉਹ ਬਹਿਸ ਆਲਾ ਮਸਲਾ ਵੀ ਜਿਹੜਾ ਕਾਫੀ ਗਰਮਾਇਆ ਹੋਇਆ ਸੋ ਪੰਜਾਬ ਦੇ ਇਹ ਜਿਹੜੇ 2-4 ਮਸਲੇ ਮੌਜੂਦਾ ਦਿਨਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਭਖੇ ਹੋਇਆ ਇਹਨਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਚਰਚਾ ਕਰਨ ਦੇ ਲਈ ਮਨਜੋਤ ਸਿੰਘ ਜੀ ਨੇ ਮਨਜੋਤ ਜੀ ਤੁਹਾਡਾ ਸਵਾਗਤ ਹੈ ਮਿਊਟ ਤੇ ਧੰਨਵਾਦ ਪੰਜੋਲੀ ਜੀ ਬਹੁਤ-ਬਹੁਤ ਸ਼ੁਕਰੀਆ ਤਾਂ ਅੱਜ ਜਿਹੜੇ ਪੰਜਾਬ ਦੇ ਮੇਨ ਮੁੱਦੇ ਨੇ ਉਹਨੋ ਦਿੱਤੇ ਜੋ ਤੁਸੀਂ ਅੱਜ ਰੂਬਰੂ ਹੋਣ ਲਈ ਬੁਲਾਇਆ ਬਹੁਤ-ਬਹੁਤ ਧੰਨਵਾਦ ਹੁੰਦਾ। ਅ ਮਨਜੂਤ ਜੀ ਕਿਵੇਂ ਦੇਖਦੇ ਹੋ ਜਿਹੜੀ ਸਿਆਸਤ ਭਖੀ ਹੋਈ ਹੈ ਜਿਹੜੇ ਹਾਲਾਤ ਨੇ ਪਹਿਲਾਂ ਤਾਂ ਆਪਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਦੇਖੀਏ ਉਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜੋਲੀ ਸਾਹਿਬ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜੀ ਸ਼ਬਦਾਬਲੀ ਮੁੱਖ ਮੰਤਰੀ ਸਾਹਿਬ ਨੇ ਉਸ ਟਵੀਟ ਵਿੱਚ ਲਿੱਤੀ ਹੈ ਜਾਂ ਚੈਲੰਜ ਲਿੱਤਾ ਹੈ ਕਿ ਉਹ ਇੱਕ ਮੁੱਖ ਮੰਤਰੀ ਦੀ ਅਹੁਦੇ ਮੁੱਖ ਮੰਤਰੀ ਦੀ ਕੁਰਸੀ ਦੇ ਦੇ ਮੁਤਾਬਕ ਨਹੀਂ ਹੈਗੀ ਜਾਂ ਉਸ ਲੈਵਲ ਦੀ ਨਹੀਂ ਹੈਗੀ ਉਹ ਜਿਹੜੀ ਸ਼ਬਦਾਬਲੀ ਹੈ ਇੱਕ ਬਹੁਤ ਨੀچے ਦਰਜੇ ਦੀ ਸ਼ਬਦਾਬਲੀ ਹੈ ਜਿਸ ਦੇ ਨਾਲ ਜਿਸ ਨੂੰ ਕਿਸੇ ਪੱਖ ਤੋਂ ਨਹੀਂ ਲੱਗਦਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਗੱਲ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਹੈ ਜਿਹੜੇ ਮੁੱਦੇ ਉਹਨਾਂ ਨੇ ਉਸ ਵਿੱਚ ਕਹੇ ਨੇ ਤਾਂ ਉਹਦੇ ਪਿੱਛੇ ਤਾਂ ਭਗਵੰਤ ਮਾਨ ਸਾਹਿਬ ਪਿਛਲੇ 10 ਸਾਲਾਂ ਤੋਂ ਸਿਆਸਤ ਕਰਦੇ ਆ ਰਹੇ ਸੀਗੇ ਤੇ 2022 ਦਾ ਇਲੈਕਸ਼ਨ ਤੁਸੀਂ ਉਹਨਾਂ ਮੁੱਦਿਆਂ ਤੇ ਹੀ ਲੜਿਆ ਸੀਗਾ ਤੇ ਲੋਕਾਂ ਨੇ 10 ਮਾਰਚ 2022 ਨੂੰ ਤੁਹਾਨੂੰ ਉਹਨਾਂ ਮੁੱਦਿਆਂ ਦੇ ਉੱਤੇ ਫਤਵਾ ਦਿੱਤਾ ਸੀ ਐਡਾ ਵੱਡਾ ਫਤਵਾ ਦਿੱਤਾ ਸੀਗਾ ਤਾਂ ਉਹ ਮੁੱਦੇ ਤਾਂ ਥੋੜੇ ਮੇਰੇ ਹਿਸਾਬ ਨਾਲ ਉਸੇ ਵਕਤ ਤੁਹਾਨੂੰ ਖਤਮ ਕਰ ਦੇਣੇ ਚਾਹੀਦੇ ਸੀਗੇ ਤੁਸੀਂ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਭਾਈ ਭਤੀਜਾਵਾਦ ਦੀ ਜਾਂ ਹੋਰ ਜਿਹੜੇ ਆ ਮੁੱਦੇ ਨੇ ਪੰਜਾਬ ਦੇ ਉਹਨਾਂ ਦੇ ਉੱਤੇ ਆਲਰੇਡੀ ਤੁਸੀਂ ਨਾ ਲੋਕਾਂ ਨੂੰ ਪਹਿਲਾਂ ਵੀ ਬਹੁਤ ਕੁਝ ਮਤਲਬ ਡਿਬੇਟ ਕਰ ਚੁੱਕੇ ਹੋ ਜਦੋਂ ਇਲੈਕਸ਼ਨ ਦਾ ਪੂਰਾ ਕੈਂਪੇਨ ਹੀ ਹੋ ਚੁੱਕਿਆ ਤਾਂ ਅੱਜ ਉਹ ਮੁੱਦੇ ਰੈਲੇਵੈਂਟ ਨਹੀਂ ਰਹੇ ਪੰਜਾਬ ਦੇ ਨੌਜਵਾਨ ਨੇ ਪੰਜਾਬ ਦੇ ਜਿਹੜਾ ਵਰਗ ਹੈਗਾ ਨਵਾਂ ਨੌਜਵਾਨ ਹੈਗਾ ਉਹਨੇ ਤੁਹਾਨੂੰ ਚੁਣਿਆ ਉਹਨੇ ਤੁਹਾਨੂੰ ਕਿਸ ਚੀਜ਼ ਵਾਸਤੇ ਚੁਣਿਆ ਸੀ ਉਹਨੇ ਤੁਹਾਨੂੰ ਚੁਣਿਆ ਸੀ ਵੀ ਤੁਸੀਂ ਐਜੂਕੇਸ਼ਨ ਦੀ ਕੋਈ ਵਧੀਆ ਪਾਲਿਸੀ ਲੈ ਕੇ ਆਉਂਗੇ ਕਿ ਅਨਵਸ਼ਟ ਪੰਜਾਬ ਚ ਇਨਵੈਸਟਰ ਕਿਵੇਂ ਆਊਗਾ ਪੰਜਾਬ ਦਾ ਰੈਵਨਿਊ ਕਿਵੇਂ ਵਧੂਗਾ ਤੇ ਪੰਜਾਬ ਦਾ ਨੌਜਵਾਨ ਜਿਵੇਂ ਪੰਜਾਬ ਚ ਐਜੂਕੇਟਿਡ ਹੋ ਰਿਹਾ ਤੇ ਉਹਨੂੰ ਅੱਗੇ ਰਾਹ ਨਹੀਂ ਦਿਖ ਰਿਹਾ ਕਿਉਂ ਬਾਹਰ ਜਾਣਾ ਪੈ ਰਿਹਾ ਕਿ ਉਸ ਮੁੱਦੇ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਨੇ ਤੁਹਾਨੂੰ ਵਨਡੇਟ ਦਿੱਤਾ ਸੀ ਤੇ ਤੁਹਾਡਾ ਫਰਜ਼ ਬਣਦਾ ਸੀ ਕਿ ਉਹਨਾਂ ਜਿਹੜੇ ਮੁੱਦਿਆਂ ਨੂੰ ਤੁਸੀਂ ਅੱਗੇ ਲੈ ਕੇ ਜਾਓ ਤੇ ਅੱਜ ਬਜਾਏ ਕਿ ਇਸ ਚੈਲੰਜ ਨੂੰ ਦਿੰਦੇ ਹੋਏ ਕਿ ਵੀ ਪਿੱਛੇ ਪਾਸਟ ਚ ਕੀ ਹੋਇਆ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਜੋ ਕੁਝ ਹੁੰਦਾ ਆ ਉਹ ਕੁਝ ਤਾਂ ਪਹਿਲਾਂ ਵੀ ਐਵੇਂ ਹੁੰਦਾ ਸੀਗਾ ਤੇ ਇਹ ਚੈਲੰਜ ਦਾ ਮੈਨੂੰ ਮਤਲਬ ਹੀ ਨਹੀਂ ਸਮਝਦਾ ਚੈਲੰਜ ਤਾਂ ਭਗਵੰਤ ਮਾਨ ਸਾਹਿਬ ਨੂੰ ਨਹੀਂ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਇਸ ਤਰੀਕੇ ਬੁਲਾਇਆ ਵੀ ਆਜਾ ਆਪਾਂ ਬਹਿਸ ਕਰੀਏ ਦੇਖੋ ਬਦਲਾਵ ਤਾਂ ਲੱਗ ਰਿਹਾ ਨਾ ਵੀ ਬਦਲਾਵ ਦੇ ਵਿੱਚ ਇਹ ਦੇਖੋ ਬਸ ਨੂੰ ਕਹਿੰਦੇ ਵੀ ਬਦਲਾਵ ਤਾਂ ਲੱਗ ਰਿਹਾ ਬਦਲਾਵ ਵਿੱਚ ਪਰ ਇਹ ਤਾਂ ਚੈਲੰਜ ਪਹਿਲਾਂ ਤੂੰ ਹੀ ਚੱਲਦੇ ਪਏ ਸੀਗੇ ਇਹਨਾਂ ਨੇ ਚੈਲੰਜ ਕਿਹਨੂੰ ਦਿੱਤਾ ਜਾਂਦਾ ਚੈਲੰਜ ਜਿਨ੍ਹਾਂ ਨੂੰ ਦਿੱਤਾ ਦੇਖੋ ਅਜ ਸੁਖਬੀਰ ਸਿੰਘ ਬਾਦਲ ਨੇ ਉਹ ਖਾਸ਼ੀਏ ਤੇ ਪਹੁੰਚ ਚੁੱਕੇ ਨੇ ਜਾਖੜ ਸਾਹਿਬ ਨੇ ਜਾਖੜ ਸਾਹਿਬ ਇੱਕ ਵਾਰ ਇੱਕ ਵਾਰ ਇਹ ਵੀ ਐਲਾਨ ਕਰ ਚੁੱਕੇ ਕਿ ਮੈਂ ਸਰਗਰਮ ਸਿਆਸਤ ਤੋਂ ਅਸਤੀਫਾ ਦੇ ਰਿਹਾ ਹਾਂ ਤਾਂ ਉਸ ਤੋਂ ਬਾਅਦ ਭਾਜਪਾ ਦੀ ਪਤਨੀ ਕੀ ਮਜਬੂਰੀ ਹੈ ਵੀ ਜੇ ਕਿਸੇ ਬੰਦੇ ਨੇ ਸਰਗਰਮ ਸਿਆਸਤ ਤੋਂ ਅਸਤੀਫਾ ਦੇਤਾ ਮਤਲਬ ਸਿਆਸਤ ਛੱਡ ਦਿੱਤੀ ਤੇ ਉਹਨੂੰ ਆਪਣੀ ਪਾਰਟੀ ਦਾ ਪ੍ਰਧਾਨ ਇਹਨਾਂ ਲੋਕਾਂ ਨੂੰ ਤੁਸੀਂ ਚੈਲੰਜ ਦੇ ਰਹੇ ਹੋ ਕੀ ਇਹ ਮੁੱਖ ਮੰਤਰੀ ਰਹੇ ਨੇ ਰਾਜਾ ਬੜਿੰਗ ਵੀ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਇੱਕ ਪਾਰਟੀ ਦੇ ਦੋ ਬੰਦੇ ਨੂੰ ਅਟੈਕ ਕੀਤਾ ਉਹਨਾਂ ਨੇ ਦੇਖੋ ਰਾਜਾ ਬੜਿੰਗ ਵੀ ਇੱਕ ਨੌਜਵਾਨ ਆਗੂ ਨੇ ਉਹਨਾਂ ਨੇ ਵੀ ਮਤਲਬ ਉਹ ਵੀ ਰਾਜਨੀਤੀ ਕਰ ਰਹੇ ਨੇ ਉਹ ਪ੍ਰਧਾਨ ਨੇ ਪਾਰਟੀ ਦੇ ਪਰ ਉਹ ਮੁੱਖ ਮੰਤਰੀ ਨਹੀਂ ਰਹੇ ਪਿੱਛੇ ਤੇ ਜੇ ਤੁਸੀਂ ਕਹਿਣਾ ਤਾਂ ਤੁਸੀਂ ਜੇ ਅਟੈਕ ਕਰਨਾ ਸੀਗਾ ਤਾਂ ਇਹ ਤੁਸੀਂ ਇਹ ਰਾਜਨੀਤੀ ਮੈ ਤੁਹਾਨੂੰ ਕਹਿੰਦੇ ਪਹਿਲਾਂ ਵੀ ਤੁਸੀਂ ਕਰ ਚੁੱਕੇ ਹੋ ਬਹੁਤ ਬਹੁਤ ਲੰਬੇ ਸਮੇਂ ਤੋਂ ਅੱਜ ਜਿਹੜਾ ਤੁਹਾਨੂੰ ਚੈਲੰਜ ਦੇਣਾ ਇਹ ਚਾਹੀਦਾ ਸੀ ਕਿ ਮੈਂ ਡੇਟ ਸਾਲਾਂ ਚ ਆ ਕੁਝ ਕੀਤਾ ਆ ਰੈਵਨਿਊ ਮੈਂ ਜਨਰੇਟ ਕੀਤਾ ਮੈਂ ਇਹਨਾਂ ਇੰਸਟੀਚੂਟਸ ਜਿਹੜੇ ਨੇ ਆਪਣਾ ਜਿਹੜੇ ਇੰਸਟੀਚੂਟਸ ਨੇ ਐਸਟੈਬਲਿਸ਼ ਕੀਤੇ ਉਹ ਐਜੂਕੇਸ਼ਨ ਦੇ ਇੰਸਟੀਚੂਟ ਕੀਤੇ ਮੈ ਹਸਪੀਟਲਸ ਐਸਟੈਬਲਿਸ਼ ਕੀਤੇ ਤੁਸੀਂ 16 ਹਸਪੀਟਲਾਂ ਦੀ ਗੱਲ ਕੀਤੀ ਸੀ ਤੁਸੀਂ 1 ਇੱਕ ਹੀ ਸਟੈਬਲਿਸ਼ ਕਰ ਲੰਦੇ ਜਦੋਂ ਤੁਸੀਂ ਕਿਹਾ ਇੱਕ ਸਟੈਬਲਿਸ਼ ਜ਼ਰੂਰੀ ਨਹੀਂ ਲੋਕ ਵੀ ਸਮਝਦੇ ਨੇ ਹਰ ਬੰਦਾ ਸਿਆਣਾ ਕਿ ਵੀ ਇੱਕ ਵੀ ਇੰਨੇ ਸਮੇਂ ਸੋਹਣੇ ਨਹੀਂ ਬਣ ਸਕਦੇ ਚਲੋ ਇੱਕ ਵੀ ਕਰ ਦਿੰਦੇ ਆਪਣਾ ਨੂਰ ਦਾ ਪੈਨ ਕਰਦੇ ਹਾਂ ਹਸਪੀਟਲਾਂ ਦਾ ਜ਼ਿਕਰ ਕੀਤਾ ਸਰਕਾਰ ਤਾਂ ਹਸਪੀਟਲ ਬਣਾਉਣ ਲੱਗੀ ਸੀਗੀ ਉਹ ਤਾਂ ਹੁਣ ਰੁੜਾ ਜਿਹੜਾ ਬਣ ਗਿਆ ਵਿੱਚ ਸਿਆਸਤ ਦੀ ਭੀੜ ਚੜ ਗਿਆ ਉਹ ਜ਼ਮੀਂਦਾਰ ਆਲਾ ਪੈ ਗਿਆ ਉੱਥੇ ਦੇਖੋ ਗੱਲ ਉਹੀ ਆ ਗਈ ਨਾ ਗੱਲ ਇਹ ਆ ਵੀ ਜਿਹੜਾ ਬਦਲਾਅ ਸੀਗਾ ਬਦਲਾਅ ਦੀ ਜਿਹੜੀ ਗੱਲ ਆਈ ਸੀ ਕੀ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਦਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਤਾਂ ਮਤਲਬ ਜਦੋਂ ਬਿਆਨ ਦਿੱਤਾ ਤਾਂ ਕੁਝ ਇੱਕ ਇੱਕ ਹਸਪੀਟਲ ਦੀ ਨਹੀਂ ਰੱਖ ਲੰਦੇ ਸਕੂਲਾਂ ਦੀ ਗੱਲ ਕਰਦੇ ਆ ਕੋਈ ਨਹੀਂ ਐਕਸਪੈਕਟ ਕਰਦਾ ਕਿ 15000 ਸਕੂਲ ਇੱਕ ਸਾਲ ਚ ਸੈੱਟ ਹੋ ਜਾਣਗੇ ਹਰ ਜਿੰਨੇ ਚ ਇੱਕ ਹੀ ਕਰ ਲੰਦੇ ਇੱਕ ਪਾਲਿਸੀ ਬਣਾਈ ਸਕੂਲ ਆਫ ਐਮੀਨੈਂਸ ਬਣਾਇਆ ਹਾਂ ਸਕੂਲ ਆਫ ਐਮੀਨੈਂਸ ਬਣਾਇਆ ਮੈਂ ਕਹਿੰਦਾ ਵੀ ਉਦੇ ਵਰਗੇ 28 ਸਕੂਲ ਹੀ ਫੜ ਲੰਦੇ بجائے ਕਿ ਸਾਰੇ ਕਿਤੇ ਲੇਪਾ ਬੋਪੀ ਕਰਨ ਦੇ 18 ਜਿਲ੍ਹੇ ਚ ਇੱਕ ਸਕੂਲ ਫੜਦੇ ਉਸ ਸਕੂਲ ਦੀ ਦੂ ਇੱਕ ਮਿਸਾਲ ਬਣਾਉਂਦੇ ਆਪ ਨੂੰ ਮੋਨੀਟਰ ਕਰਦੇ ਹਾਂ ਇੱਕ ਬਦਲਾ ਫਿਰ ਉਹ ਵੀ ਬਦਲਾ ਮੰਨਿਆ ਜਾਂਦਾ ਸੀ ਪਰ ਜਿਹੜੀ ਮੈਂ ਆਪਾਂ ਗੱਲ ਕਰਨੀ ਕਿ ਰਾਜਨੀਤੀ ਜਿਹੜੀ ਭਗਵੰਤ ਮਾਨ ਸਾਹਿਬ ਕਰ ਰਹੇ ਨੇ ਉਹਦੇ ਚ ਕੋਈ ਬਦਲਾਅ ਨਹੀਂ ਆਇਆ ਹੈਗਾ ਦੇਖੋ ਇੱਕ ਆਮ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਆਮ ਪਰਿਵਾਰ ਦਾ ਬੰਦਾ ਸੀ ਇਹ ਬਣ ਕੇ ਲੋਕਾਂ ਨੇ ਤੁਹਾਨੂੰ ਬਣਾਤਾ ਆਮ ਤੋਂ ਖਾਸ ਬਣਾਤਾ ਤੁਹਾਨੂੰ ਵੀ ਤੁਸੀਂ ਆਮ ਦੀ ਗੱਲ ਕਰੀ ਤਾਂ ਲੋਕਾਂ ਨੇ ਤੁਹਾਨੂੰ ਖਾਸ ਹੁਣ ਤੁਹਾਨੂੰ ਕੰਮ ਵੀ ਖਾਸ ਕਰਕੇ ਦਿਖਾਣੇ ਪੈਣੇ ਆ ਤੇ ਮੈਂ ਫੇਰ ਕਹੂੰਗਾ ਕਿ ਭਗਵੰਤ ਮਾਨ ਸਾਹਿਬ ਤੁਹਾਨੂੰ ਬਹੁਤ ਵਧੀਆ ਮੌਕਾ ਦਿੱਤਾ ਜੇ ਤੁਸੀਂ ਇੱਕ ਆਮ ਪਰਿਵਾਰ ਦੇ ਬੰਦੇ ਨੂੰ ਸੀਐਮ ਬਣਵਾਇਆ ਜੇ ਤੁਸੀਂ ਡਿਲੀਵਰ ਨਾ ਕੀਤਾ ਤਾਂ ਮੁੜ ਕੇ ਲੋਕਾਂ ਨੇ ਸ਼ਾਇਦ ਆਮ ਪਰਿਵਾਰ ਦੇ ਬੱਚਿਆਂ ਨੂੰ ਹੋਰਾਂ ਨੂੰ ਸਾਡੇ ਵਰਗਿਆਂ ਨੂੰ ਆਮ ਬੱਚਿਆਂ ਨੂੰ ਕਿਸੇ ਨੂੰ ਮੌਕਾ ਨਹੀਂ ਦੇਣਾ ਤੇ ਤੁਸੀਂ ਆਪਣੀ ਜਿਹੜੀ ਪਾਲਿਸੀਜ਼ ਨੇ ਉਹਨੂੰ ਸੋਲੂਸ਼ਨ ਓਰੀਐਂਟਡ ਲੋ ਬੜਾ ਹੋ ਗਿਆ ਵੀ ਇਹ ਹੋ ਗਿਆ ਜਿਹੜੀ ਬਲੇਮ ਗੇਮ ਦੀ ਰਾਜਨੀਤੀ ਹੋ ਗਈ ਤੁਸੀਂ ਤਾਂ ਇੱਕ ਮਤਲਬ ਐਵੇਂ ਦੀ ਕੌਮ ਚੋਂ ਆਏ ਹੋ ਜਿਹੜੀ ਹਮੇਸ਼ਾ ਅਗਾਹ ਦੀ ਗੱਲ ਕਰਦੀ ਹੈਗੀ ਆ ਜਿਹੜੀ ਹਮੇਸ਼ਾ ਅੱਗੇ ਦਾ ਫਿਊਚਰ ਦੀ ਗੱਲ ਕਰਦੀ ਹੈ ਪਾਸਟ ਦੀ ਤਾਂ ਕਦੇ ਗੱਲ ਹੀ ਨਹੀਂ ਹੋਈ ਤੁਸੀਂ ਅੱਜ ਤੱਕ ਜਿੰਨੀ ਤੁਹਾਡੀ ਮਤਲਬ ਪਿਛਲੇ ਸਾਲ ਡੇਢ ਸਾਲ ਚ ਹੈਗੀ ਆ ਉਥੋਂ ਇਹ ਲੱਗਦਾ ਇਹ ਲੱਗ ਹੀ ਨਹੀਂ ਰਿਹਾ ਕਿ ਕੋਈ ਮੁੱਖ ਮੰਤਰੀ ਕੋਈ ਵਿਜਨ ਦਿਖਾਉਂਦਾ ਅੱਜ ਤੁਸੀਂ ਕਿਹਾ ਕਿ ਵੀ ਯਾਰ ਡਿਬੇਟ ਹੁੰਦੇ ਨੇ ਅਮਰੀਕਾ 'ਚ ਵੀ ਹੁੰਦੇ ਨੇ ਅਮਰੀਕਾ 'ਚ ਵੀ ਡਿਬੇਟ ਹੁੰਦੇ ਨੇ ਪਿਛਲੇ ਪਾਸਟ ਡਿਬੇਟ ਦੱਸਿਓ ਕਿੱਥੇ ਹੁੰਦੇ ਨੇ ਅਮਰੀਕਾ 'ਚ ਵੀ ਡਿਬੇਟ ਹੁੰਦੇ ਨੇ ਉਹ ਇਹ ਹੁੰਦੇ ਨੇ ਵੀ ਅਗਲੇ 5 ਸਾਲਾਂ 'ਚ ਆਪਾਂ ਕੀ ਕੀ ਸਾਡੀ ਫੋਰਨ ਪਾਲਿਸੀ ਹੋਊਗੀ ਕੀ ਸਾਡਾ ਇੰਟਰਨਲ ਮੈਟਰਸ ਤੇ ਹੋਊਗਾ এডੂਕੇਸ਼ਨ ਨੂੰ ਆਪਾਂ ਕੀ ਕਰਕੇ ਲੈ ਕੇ ਜਾਵਾਂਗੇ ਡਿਬੇਟ ਕਰਨਾ ਕੋਈ ਮਾੜੀ ਗੱਲ ਨਹੀਂ ਚੈਲੰਜ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਚੈਲੰਜ ਆਪਾਂ ਆਪਣੇ ਕੰਮ ਤੇ ਕਰੀਏ ਸਭ ਤੋਂ ਪਹਿਲਾਂ ਚੈਲੰਜ ਕਰਨਾ ਚਾਹੀਦਾ ਸੀ ਕਿ ਮੈਂ 1.5 ਸਾਲ ਆ ਕਰ ਲਿਆ ਪੌਣੇ 2 ਸਾਲ ਦੱਸੋ 20 ਦੇ ਵਿੱਚ ਕੀ ਕਮੀ ਆ ਉਹਦਾ ਉਹਦਾ بڑے ਦਾਅਵੇ ਨਾਲ ਆ ਬਖਵਖਰੀਆਂ ਸਟੇਜਾਂ ਦੇ ਉੱਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਿਹੜੇ ਵਾਦੇ ਅਸੀਂ ਕੀਤੇ ਵੀ ਨਹੀਂ ਸੀਗੇ ਉਹ ਵੀ ਅਸੀਂ ਕਰ ਰਹੇ ਹਾਂ ਤੁਸੀਂ ਦੇਖੋ ਵੀ ਉਹਨਾਂ ਨੇ ਮੁਹੱਲਾ ਕਲੀਨਿਕ ਕਿੰਨੇ ਬਣਾਤੇ ਉਤੋਂ ਬਾਅਦ ਉਹਨਾਂ ਨੇ ਜਿਹੜੇ ਸਕੂਲ ਆਫ ਐਮਿਨੈਂਸ ਦਾ ਦੇ ਤੌਰ ਤੇ ਪਹੁੰਚੇ ਹੁਣ ਹੈਲਥ ਨੂੰ ਲੈ ਕੇ ਲਗਾਤਾਰ ਲੱਗੇ ਹੋਏ ਆ ਪਿਛਾ ਮਾਤਾ ਕੁਛੱਲਿਆ ਹਸਪੀਟਲ ਪਟਿਆਲੇ ਪਹੁੰਚੇ ਬੱਸ ਛੱਡਾ ਪਟਿਆਲੇ ਨੂੰ ਦਿੱਤਾ ਤਾਂ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਜਿੰਨਾ ਸੋਚਿਆ ਸੀ ਜਾਂ ਜੋ ਅਸੀਂ ਵਾਅਦੇ ਕੀਤੇ ਸੀ ਉਹ ਤੋਂ ਹਟ ਕੇ ਕਰ ਰਹੇ ਆ ਵਾਅਦੇ ਤਾਂ ਦੇਣੇ ਦੇਣੇ ਆ ਵੀ ਅਸੀਂ ਉਹ ਸਰਕਾਰ ਆ ਜਿਹੜੀ ਵਾਅਦਿਆਂ ਤੋਂ ਬਿਨਾਂ ਵੀ ਦੇ ਰਹੀ ਐ ਜਿਹੜੇ ਸੋਚੇ ਵੀ ਨਹੀਂ ਸੀ ਲੋਕਾਂ ਪੰਜੋਲੀ ਸਾਹਿਬ ਜੇ ਸਾਰਾ ਕੁਝ ਹੋ ਗਿਆ ਹੁੰਦਾ ਤਾਂ ਅੱਜ ਜਿਵੇਂ ਦਾ ਜਨਰੇਸ਼ਨਲ ਚੇਂਜ ਹੈ ਜਿਵੇਂ ਦੀ ਅੱਜ ਐਡਵਰਟਾਈਜ਼ਮੈਂਟ ਦੀ ਕੋਈ ਜ਼ਰੂਰਤ ਨਹੀਂ ਹੈਗੀ ਹਰ ਟਾਈਮ ਸੋਸ਼ਲ ਮੀਡੀਆ ਤੇ ਨੌਜਵਾਨ ਬੈਠਾ AI ਦਾ ਜਮਾਨਾ ਆ ਗਿਆ ਤੇ ਫਿਰ ਭਗਵੰਤ ਸਿੰਘ ਸਾਹਿਬ ਨੂੰ ਬੋਰਡਾਂ ਨਾਲ ਸੜਕਾਂ ਰੰਗਣੀਆਂ ਨਾ ਪੈਂਦੀਆਂ ਫਿਰ ਭਗਵੰਤ ਸਿੰਘ ਸਾਹਿਬ ਫਿਰ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਉਹੀ ਚੀਜ਼ ਕਰ ਰਹੇ ਹੋ ਜਿਹੜੀ ਪਿਛਲੀਆਂ ਸਰਕਾਰਾਂ ਨੇ ਕੀਤੀ ਸੀ ਤੇ ਫੇਲ ਹੋਏ ਤੁਸੀਂ ਵੀ ਸਾਨੂੰ ਬੜਾ ਦੁੱਖ ਨਾਲ ਕਹਿਣਾ ਪੈਣਾ ਕਿ ਪੰਜਾਬ ਦੇ ਲੋਕ ਜਿਹੜਾ ਤੁਸੀਂ ਕਹਿੰਦੇ ਨੂੰ ਆਮ ਬੰਦੇ ਨੂੰ ਜਰ ਨਹੀਂ ਰਹੇ ਆਮ ਲੋਕ ਪੰਜਾਬ ਦੇ ਲੋਕਾਂ ਨੇ ਇੱਕ ਆਮ ਬੰਦੇ ਨੂੰ ਸੀਐਮ ਬਣਾਤਾ ਹੁਣ ਥੋੜੇ ਤੇ ਜ਼ਿੰਮੇਵਾਰੀ ਹੈ ਕਿ ਉਹਦੇ ਤੇ ਸਟੈਂਡਰਡ ਕੱਢੇ ਹਾਈ ਸੈੱਟ ਕਰਦੇ ਹੋ ਕੀ ਆਪਣੀ ਕੈਪੇਬਿਲਟੀ ਨਾਲ ਦਿਖਾਉਂਦੇ ਹੋ ਕਿ ਕੀ ਮੇਰੇ ਕੋਲ ਵਾਸਤੇ ਵਿਜ਼ਨ ਹੈਗਾ ਡਰੱਗਸ ਦੇ ਮੁੱਦੇ ਉੱਤੇ ਕੀ ਪਾਲਿਸੀ ਹੈਗੀ ਹੈ ਡਰੱਗ ਤੇ ਵੀ ਤੁਹਾਡਾ ਉਹੀ ਕੰਮ ਆ ਰਿਹਾ ਵੀ ਇੰਨੇ ਕਿਲੋ ਡਰੱਗ ਉੱਥੇ ਪੜਿਆ ਗਿਆ ਇੰਨਾ ਕਿ ਇਹ ਤਾਂ ਪਿਛਲੇ 20-25 ਸਾਲਾਂ ਤੋਂ ਡਰਾਮਾ ਚੱਲ ਹੀ ਰਿਹਾ ਡਰੱਗਸ ਨੂੰ ਸੋਲਵ ਕਰਨ ਦੇ ਲਈ ਤੁਹਾਨੂੰ ਅ ਥੱਲੜੇ ਲੈਵਲ ਸਕੂਲ ਲੈਵਲ ਤੇ ਸਿਸਟਮ ਸੈੱਟ ਕਰਨਾ ਪੈਣਾ ਬੱਚਿਆਂ ਨੂੰ ਕਾਉਂਸਲਿੰਗ ਕਰਨੀ ਪੈਣੀ ਹੈ ਬੱਚਿਆਂ ਨੂੰ ਜਿਹੜਾ ਅੱਜ ਦੇਖੋ ਹਰ ਨੌਜਵਾਨ ਕੋਲੇ ਅੱਜ ਐਜੂਕੇਸ਼ਨ ਆ ਉਹ ਮਤਲਬ ਕੁਝ ਅਚੀਵ ਕਰਨਾ ਚਾਹੁੰਦਾ ਜਦੋਂ ਚੀਜ਼ਾਂ ਚੀਜ਼ਾਂ ਅਚੀਵ ਨਹੀਂ ਹੁੰਦੀਆਂ ਤਾਂ ਡਿਪਰੈਸ਼ਨ 'ਚ ਵੀ ਕਈ ਬੱਚੇ ਡਰਗ ਲੈਂਦੇ ਨੇ ਤਾਂ ਤੁਹਾਨੂੰ ਜਿਹੜੀ ਸਕੂਲ ਲੈਵਲ ਤੇ ਕਾਲਜੇਜ਼ ਲੈਵਲ ਤੇ ਕਿਵੇਂ ਦਾ ਸਿਸਟਮ ਤਿਆਰ ਕਰਨਾ ਪੈਣਾ ਤਾਂ ਕਿ ਇਨ੍ਹਾਂ ਚੀਜ਼ਾਂ ਵੱਲ ਬੱਚੇ ਦਾ ਧਿਆਨ ਨਾ ਜਾਵੇ ਬੱਚਾ ਆਪਣੇ ਫਿਊਚਰ ਕਾਉਂਸਲਿੰਗਸ ਨਹੀਂ ਹੈਗੀਆਂ ਬੱਚਿਆਂ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਨੌਕਰੀ ਤੋਂ ਇਲਾਵਾ ਵੀ ਅ ਤੁਸੀਂ ਹੋਰ ਕੁਝ ਕਰ ਸਕਦੇ ਹੋ ਤੁਸੀਂ ਇੰਟਰਪ੍ਰੈਨਿਅਰ ਬਣ ਸਕਦੇ ਹੋ ਬੱਚਿਆਂ ਨੂੰ ਇਹ ਕਾਉਂਸਲ ਨਹੀਂ ਕੀਤਾ ਜਾਂਦਾ ਕਿ ਤੁਹਾਡੀ ਜੋ ਤੁਸੀਂ ਜ਼ਿੰਦਗੀ ਚ ਅਚੀਵ ਕਰਨਾ ਉਹ ਅਗਲੇ 40 50 ਸਾਲਾਂ ਚ ਕਰਨਾ ਜਿਹੜੀ ਇਹ ਚੀਜ਼ਾਂ ਨੇ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਨਸ਼ੇ ਨੂੰ ਖਤਮ ਕਰਨ ਵਾਸਤੇ ਦੇਖੋ ਸਰਕਾਰ ਨੇ ਸਖਤੀ ਤਾਂ ਕਰਨੀ ਹੈ ਬਿਲਕੁਲ ਉਹ ਤਾਂ ਸਾਰੀਆਂ ਸਰਕਾਰਾਂ ਕਰਦੀਆਂ ਨੇ ਕਰਦੀਆਂ ਰਹੀਆਂ ਨੇ ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਸੀ ਕਰਦੀਆਂ ਗਿਆ ਨੇ ਪਰ ਇਹਨਾਂ ਮੁੱਦਿਆਂ ਦੇ ਲਈ ਹੁਣ ਆਪਾਂ ਨੂੰ ਅਗਲੀ ਟੈਕਨੋਲੋਜੀ ਚ ਲਿਆਣੀ ਪੈਣੀ ਹੈ ਪਿਛਲੀਆਂ ਰਾਜਨੀਤੀਆਂ ਦੇ ਉੱਤੇ ਸਿਰਫ ਇਵੈਂਟ ਰਾਜਨੀਤੀ ਜਾਂ ਫਿਰ ਜਿਹੜੇ ਲੋਕਾਂ ਨੂੰ ਬਲੇਮ ਕਰਕੇ ਜਿਹੜੀ ਆਪਾਂ ਰਾਜਨੀਤੀ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਉਹ ਨਹੀਂ ਚੱਲਣੀ ਤੁਹਾਡੀ ਜਿਹੜੀ ਗੱਲਬਾ ਏ ਲੱਗਦਾ ਜਿਵੇਂ ਇੱਕ ਬੱਚਾ ਹੁੰਦਾ ਵੀ ਮੈਨੂੰ ਉਸ ਚੈਪਟਰ ਦਾ ਹੀ ਟੈਸਟ ਲੈ ਲਓ ਮੇਰੇ ਦਾ ਵੀ ਤੁਹਾਡੇ ਉਸ ਸਟੈਪ ਉਸ ਚੈਪਟਰ ਚ ਤਾਂ ਤੁਸੀਂ ਫਸਟ ਆ ਚੁੱਕੇ ਹੋ ਉਹ ਕਹਿੰਦੇ ਵੀ ਲੋਕਾਂ ਨਾਲ ਜਿਹੜੇ ਵਾਦੇ ਹੁੰਦੇ ਨੇ ਸਰਕਾਰੋਂ ਹੁੰਦੀ ਹੈ ਵੀ ਲੋਕਾਂ ਨਾਲ ਵਾਦੇ ਕਰਕੇ ਪੂਰੇ ਕਰ ਦਿੰਦੀ ਹੈ ਉਹਨਾਂ ਨੇ ਕੁਝ ਮਹੀਨਿਆਂ ਬਾਅਦ ਹੀ ਉਹ ਇੱਕ ਗੱਲ بڑے ਦਾਅਵੇ ਨਾਲ ਇਹ ਵੀ ਗੱਲ ਕਹਿੰਦੇ ਆ ਕਿ ਸਰਕਾਰਾਂ ਜਿਹੜੀਆਂ ਨੇ ਜਦੋਂ ਆਉਂਦੀਆਂ ਨੇ ਤਾਂ ਆਖਰੀ 6 ਮਹੀਨਿਆਂ ਦੇ ਵਿੱਚ ਵਾਦੇ ਜਿਹੜੇ ਨੇ ਹੁੰਦੇ ਨੇ ਨੇੜੇ ਤੇੜੇ ਜੇ ਗੱਲ ਕਰ ਲੈਂਦੇ ਆ ਉਹ ਕਹਿੰਦੇ ਵੀ ਮੈਂ ਮੁਫਤ ਬਿਜਲੀ ਦੀ ਗੱਲ ਕੀਤੀ ਮਾਰਚ ਦੇ ਵਿੱਚ ਸਰਕਾਰ ਬਣਦੀ ਹੈ ਜੁਲਾਈ ਤੋਂ ਬਿਲ ਨਹੀਂ ਆ ਰਿਹਾ ਤੁਹਾਡਾ ਬਿਲ ਆ ਰਿਹਾ ਕਿ ਨਹੀਂ ਆ ਠੀਕ ਆ ਪਹਿਲਾਂ 2 ਮਹੀਨੇ ਬਾਅਦ ਆਂਦਾ ਸੀ ਹੁਣ 1 ਮਹੀਨੇ ਬਾਅਦ ਆਣ ਲੱਗ ਗਿਆ ਹਰ ਹਾਰ ਸਰ ਉਹਦੇ ਚ ਆਣ ਲੱਗ ਗਿਆ ਸਾਨੂੰ ਨਹੀਂ ਪਤਾ ਵੀ ਕਿਨੂੰ ਮਤਲਬ ਬਿਜਲੀ ਫਰੀ ਮਿਲਦੀ ਪਈਆ ਪਰ ਬਿਜਲੀ ਫਰੀ ਦੇਣ ਦੀ ਜ਼ਰੂਰਤ ਕੀ ਆ ਗੱਲ ਤਾਂ ਇਹ ਆ ਨੌਜਵਾਨ ਨੂੰ ਐਜੂਕੇਸ਼ਨ ਦੋ ਉਹਨੂੰ ਰੋਜ਼ਗਾਰ ਦੋ ਉਹਨੂੰ ਉਹਦੇ ਪੈਰਾਂ ਤੇ ਖੜਾ ਕਰੋ ਬਿਜਲੀ ਦਾ ਬਿੱਲ ਤੋ ਆਪ ਹੀ ਦੇ ਦੂਗਾ ਠੀਕ ਹੈ ਕਿਉਂ ਤੁਸੀਂ ਗਮਰਾਹ ਹੋਣ ਵਾਲੀ ਰਾਜਨੀਤੀ ਕਰਦੇ ਹੋ ਕਿਉਂ ਬੱਚਿਆਂ ਦਾ ਭੁੱਖ ਮਾਰ ਰਹੇ ਹੋ ਤੁਸੀਂ ਕਿਉਂ ਬੱਚਿਆਂ ਨੂੰ ਲਾਚਾਰ ਬਣਾ ਰਹੇ ਹੋ ਬਿਲੀ ਫ੍ਰੀ ਚੀਜ਼ਾਂ ਦੇ ਲਈ ਜੇ ਤੁਸੀਂ ਐਜੂਕੇਸ਼ਨ ਦੋਗੇ ਤਾਂ ਕਿ ਫਿਊਚਰ ਹੋਊਗਾ ਤਾਂ ਬਿੱਲ ਭਰਨਾ ਮੈਂ ਮੈਨੂੰ ਮੇਰੇ ਪੇਰੈਂਟਸ ਨੇ ਐਜੂਕੇਸ਼ਨ ਦਿੱਤੀ ਅੱਜ ਮੈਂ ਆਪਣੇ ਪੈਰਾਂ ਤੇ ਖੜਾ ਮੈਂ ਇੰਜੀਨੀਅਰਿੰਗ ਕੀਤੀ ਮੈਂ ਐਮਬੀਏ ਕਰ ਰਿਹਾ ਤਾਂ ਮਤਲਬ ਇਹ ਚੀਜ਼ਾਂ ਜੇ ਮੈਂ ਅੱਜ ਖੜਾ ਤਾਂ ਮੈਨੂੰ ਬਿੱਲ ਭਰਨ ਚ ਕੋਈ ਅਤਰਾਜ ਨਹੀਂ ਹੈਗਾ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ ਠੀਕ ਹੈ ਬਿਲ ਬਿਲ ਜਦੋਂ ਆਪਾਂ ਕੋਈ ਸਹੂਲਤ ਯੂਜ਼ ਕਰ ਰਹੇ ਆ ਲਗਜ਼ਰੀ ਯੂਜ਼ ਕਰ ਰਹੇ ਆ ਤਾਂ ਉਹਦਾ ਜ ਉਹਦਾ ਚ ਬਿੱਲ ਭਰਨਾ ਮੈਨੂੰ ਇਹ ਮੈਨੂੰ ਇਹ ਗੱਲਾਂ ਜਿਹੜੀਆਂ ਲੱਗਦੀਆਂ ਨੇ ਕਿ ਵੀ ਇਹ ਕਿਸ ਇਹ ਜੜੀਆਂ ਵੀ ਗੱਲਾਂ ਨੇ ਇਹ ਦੇਸ਼ ਨੂੰ ਪਿੱਛੇ ਲੈ ਕੇ ਜਾਣ ਵਾਲੀਆਂ ਸਟੇਟ ਨੂੰ ਪਿੱਛੇ ਲੈ ਕੇ ਜਾਣ ਵਾਲੀਆਂ ਗੱਲਾਂ ਨੇ ਇੱਕ ਵਿਰੋਧੀ ਜਿਹੜੇ ਸੀਗੇ ਕਰਜ਼ੇ ਤੇ ਬੜਾ ਘੇਰਿਆ ਗਵਰਨਰ ਸਾਹਿਬ ਨੇ ਵੀ ਕਿਹਾ ਵੀ 50000 ਕਰੋੜ ਦਾ ਕਰਜ਼ਾ ਲੈ ਲਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਹਦੇ ਉੱਤੇ ਵੀ ਫਿਰ ਇਸ ਚੈਲੰਜ ਉਹਦੇ ਤੇ ਵੀ ਜਿਹੜਾ ਹੈਗਾ ਭਗਵੰਤਮਾਨ ਸਾਹਿਬ ਆਪਣੀ ਆਪਣੀ ਗੱਲ ਸਪਸ਼ਟ ਕਰਨ ਵੀ ਜਿਹੜਾ 50 ਹਜ਼ਾਰ ਕਰੋੜ ਕਰਜ਼ਾ ਲਿੱਤਾ ਉਹਨੂੰ ਕਿੱਥੇ ਯੂਜ਼ ਕੀਤਾ ਕਿਹੜੀ ਚੀਜ਼ਾਂ ਵਾਸਤੇ ਯੂਜ਼ ਕੀਤਾ ਦੇ ਪੰਜਾਬ ਨੂੰ ਕਦੋਂ ਦਾ ਬੈਨੀਫਿਟ ਹੋਣਾ ਸ਼ੁਰੂ ਹੋਊਗਾ ਤੇ ਮਤਲਬ ਐਵੇਂ ਦੀ ਚੀਜ਼ਾਂ ਦੇ ਉੱਤੇ ਚੈਲੰਜ ਹੋਣਾ ਚਾਹੀਦਾ ਸੀਗਾ ਇਹ ਕਿਹੜਾ ਚੈਲੰਜ ਹੋਇਆ ਇਹ ਤਾਂ ਚੈਲੰਜ ਹੀ ਨਹੀਂ ਸਮਝ ਆ ਰਿਹਾ ਵੀ ਕੀ ਚੈਲੰਜ ਹੈ ਜੀ ਅੱਜ ਤੋਂ 20 ਸਾਲ ਪਹਿਲਾਂ ਆਇਆ ਹੋਇਆ ਸੀ 30 ਸਾਲਾਂ ਪਹਿਲਾਂ ਬਾਈ ਜੀ ਜੇ ਉਹ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਜੇ ਕੁਝ ਹੋਇਆ ਸੀ ਗਲਤ ਤਾਂ ਹੀ ਲੋਕਾਂ ਨੇ ਸਾਰਿਆਂ ਨੂੰ ਹਟਾ ਕੇ ਤੁਹਾਨੂੰ ਮੌਕਾ ਦਿੱਤਾ ਸਭ ਤੋਂ ਵੱਧ ਅੱਜ ਤੱਕ ਕਦੇ ਬਹੁਮਤ ਨਹੀਂ ਮਿਲਿਆ ਤਾਂ ਉਸ ਗੱਲਾਂ ਦੇ ਉੱਤੇ ਜੇ ਤੁਸੀਂ ਚੈਲੰਜ ਕਰ ਰਹੇ ਹੋ ਤਾਂ ਤੁਸੀਂ ਟਾਈਮ ਪਾਸ ਕਰ ਰਹੇ ਹੋ ਜਾਂ ਫਿਰ ਇੱਕ ਬੱਚੇ ਦੇ ਵਾਂਗ ਵੀ ਮੈਨੂੰ ਤਾਂ ਇਸੇ ਚੈਪਟਰ ਦੀ ਪੜਾਈ ਜਾਂਦੀ ਹੈ ਮੇਰੇ ਤੋਂ ਤਾਂ ਟੈਸਟ ਇਸੇ ਚੀਜ਼ ਦਾ ਲਓ ਹਾਂ ਅਸੀਂ ਮੰਨਦੇ ਹਾਂ ਵੀ ਤੁਹਾਡੇ ਨਾਲ ਬੈਸਟ ਕੋਈ ਨਹੀਂ ਜਿੱਤ ਸਕਦਾ ਸ਼ਾਇਦ ਕਪਿਲ ਸ਼ਰਮਾ ਜਿੱਤ ਸਕਦਾ ਹੋਵੇ ਫਿਰ ਤੁਸੀਂ ਬਹਿਸ ਹੈ ਜਿਹੜੀ ਚੈਲੰਜ ਲਈ ਕਪਿਲ ਸ਼ਰਮਾ ਨੂੰ ਬੁਲਾਓ ਤੇ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਉਹਨਾਂ ਕੋਲੇ ਵੀ ਇੱਕ ਜਵਾਬ ਹੋਗਾ ਅਸੀਂ ਤਾਂ ਹੈ ਨਹੀਂ ਸੀ ਉਸ ਟਾਈਮ ਇਨਵੈਸਟ ਪੰਜਾਬ ਚ ਬੁਲਾਇਆ ਤਾਂ ਹੈਗਾ ਸੀ ਕਪਿਲ ਸ਼ਰਮਾ ਨੂੰ ਹਾਂ ਫਿਰ ਤਾਂ ਬਿਲਕੁਲ ਠੀਕ ਆਪਣੇ ਆਈਡੀਲੀ ਜੋ ਮਤਲਬ ਮੈਨੂੰ ਕਹਿਣਾ ਚਾਹੀਦਾ ਦੇਖੋ ਭਗਵੰਤ ਮਾਨ ਸਾਹਿਬ ਸੀਐਮ ਨੇ ਪਰ ਜਿਹੜੀ ਸੋਚ ਹੈਗੀ ਆ ਉਹ ਕਪਿਲ ਸ਼ਰਮਾ ਦੇ ਨਾਲ ਜਰੂਰ ਮਤਲਬ ਕਪਿਲ ਸ਼ਰਮਾ ਜਰੂਰ ਉਹਨਾਂ ਨੂੰ ਜਵਾਬ ਦੇ ਸਕਦਾ ਉਹਨਾਂ ਦੋਨਾਂ ਚ ਕੰਪੀਟੀਸ਼ਨ ਜਰੂਰ ਹੋ ਸਕਦਾ ਪਰ ਫੇਰ ਮੈਂ ਕਹੂੰਗਾ ਭਗਵੰਤ ਮਾਨ ਸਾਹਿਬ ਗੱਲ ਇਹ ਨਹੀਂ ਹੈਗੀ ਕਿ ਵੀ ਤੁਸੀਂ ਆ ਤੁਹਾਨੂੰ ਕੋਈ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਤੁਸੀਂ ਆ ਮਾੜਾ ਕਰ ਰਹੇ ਅਸੀਂ ਸਿਰਫ ਸਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਪੰਜਾਬ ਦਾ ਨੌਜਵਾਨ ਅੱਜ ਬਹੁਤ ਅੱਗੇ ਚਲੇ ਗਿਆ ਅੱਗੇ ਜਨਰੇਸ਼ਨ 10 15 ਸਾਲਾਂ ਚੇਂਜ ਹੁੰਦੀ ਸੀ ਉਹ 2 4 ਸਾਲ ਦੀ ਚੇਂਜ ਹੋ ਜਾਂਦੀ ਹੈ AI ਦਾ ਜਮਾਨਾ ਆ ਗਿਆ ਲੋਕ ਬੜੀ ਦੂਰ ਤੱਕ ਸੋਚਦੇ ਨੇ ਤੇ ਲੋਕਾਂ ਨੂੰ ਜਿਹੜੇ ਸੁਪਨੇ ਨੇ ਉਹ ਸਾਕਾ ਦੇਖਣ ਲੋਕ ਆਪਣੇ ਸੁਪਨੇ ਦੇਖਣ ਲੱਗ ਪਏ ਨੇ ਉਹ ਸਾਕਾਰ ਕਰਨ ਨੇ ਉਹ ਸਾਕਾਰ ਕਿਹਨੇ ਕਰਵਾ ਲੈਣੇ ਸਰਕਾਰਾਂ ਨੇ ਕਰਵਾਣੇ ਨੇ ਠੀਕ ਆ ਅੱਜ ਤੁਸੀਂ ਮੈਨੂੰ ਇਹ ਦੱਸੋ ਵੀ ਨੌਜਵਾਨ ਬਾਹਰ ਜਾ ਰਿਹਾ ਠੀਕ ਆ ਸਰਕਾਰ ਨੇ ਜਾਂ ਭਗਵੰਤ ਮਾਨ ਸਾਹਿਬ ਨੇ ਕੀ ਦੱਸਿਆ ਵੀ ਕਿਉਂ ਬਈ ਕਿਵੇਂ ਤੁਸੀਂ ਇੱਥੇ ਰਹਿ ਕੇ ਕੰਮ ਕਰ ਸਕਦੇ ਹੋ ਕੀ ਤੁਸੀਂ ਬਸ ਕਹਤਾ ਵੀ ਕੰਪਨੀਆਂ ਇੱਥੇ ਆਇਆ ਕਰਨੇ ਕੀ ਰੋਡ ਮੈਪ ਆ ਉਹਨਾਂ ਕੰਪਨੀਆਂ ਦਾ ਬੱਚਿਆਂ ਨੂੰ ਇਹ ਵੀ ਦੱਸਣਾ ਵੀ ਹੱਸੋ ਹੀ ਨਹੀਂ ਗੱਲ ਹੋਗੀ ਤੁਹਾਡੀ ਵੀ ਕਿਵੇਂ ਆਣਗੀਆਂ ਕੰਪਨੀਆਂ ਠੀਕ ਹੈ ਜੇ ਆਪਾਂ ਗੱਲ ਕਰੀਏ ਰੈਵਨਿਊ ਦੀ ਹਰਿਆਣੇ ਨੇ ਮਤਲਬ ਗੁਰਗਾਂਵ ਇੱਕ ਐਡਾ ਵੱਡਾ ਰੈਵਨਿਊ ਜਨਰੇਟ ਕਰ ਲਿਆ ਆਪਣੇ ਵਾਸਤੇ ਤੁਸੀਂ ਕਿਉਂ ਇਸ ਪੀ ਚੀਜ਼ ਪਿੱਛੇ ਰਹਿ ਗਏ ਤੁਸੀਂ ਕਿਉਂ ਨਹੀਂ ਕਿਸੇ ਸੌਫਟਵੇਅਰ ਕੰਪਨੀਆਂ ਨੂੰ ਇੱਥੇ ਲੈ ਕੇ ਆਏ ਦੇਖੋ ਕੰਪਨੀਆਂ ਪਹਿਲਾਂ ਵੀ ਇੱਥੇ ਕੰਮ ਕਰਨ ਆ ਰਹੀਆਂ ਨੇ ਬਾਹਰ ਦੀਆਂ ਕੰਪਨੀਆਂ ਸਾਰੀਆਂ ਵੱਡੀਆਂ ਕੰਪਨੀ ਦੇ ਦਫ਼ਤਰ ਨੇ ਤੇ ਕੋਈ ਨਵੀਂ ਚੀਜ਼ ਨਹੀਂ ਹੈਗੀ ਫੇਰ ਵੀ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਕਿਉਂ ਕਿਤੇ ਨਾ ਕਿਤੇ ਪਰ ਬਾਹਰ ਜਾਣ ਤੇ ਚਿੰਤਾ ਵੀ ਜਤਾਈ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਤਾਂ ਇੱਥੇ ਤਾਂ ਕਹਤਾ ਸੀਗੇ ਅੰਗਰੇਜ਼ ਵੀ ਇੱਥੇ ਆਇਆ ਕਰਨੀ ਨਹੀਂ ਅੰਗਰੇਜ਼ ਤਾਂ ਪਹਿਲਾਂ ਤੋਂ ਆ ਰਹੇ ਨੇ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕਈ ਕੰਪਨੀਆਂ ਨੇ ਉਹਨਾਂ ਦੇ ਸੀਈਓ ਜਿਹੜੇ ਨੇ ਉਹ ਫੋਰਨ ਕੰਟਰੀਸ ਤੋਂ ਇੱਥੇ ਆਉਂਦੇ ਨੇ ਕੰਮ ਕਰਨ ਲਈ ਪਰ ਗੱਲ ਇਹ ਵੀ ਆਪਣੇ ਨੌਜਵਾਨ ਨੂੰ ਦੱਸਣਾ ਵੀ ਉਹਨਾਂ ਚ ਤੁਸੀਂ ਜੌਬ ਕਿਵੇਂ ਲੈਣੀ ਆ ਕਿਵੇਂ ਤੁਸੀਂ ਇੰਟਰਪ੍ਰੈਨਿਅਰ ਬਣਨਾ ਕਿਵੇਂ ਤੁਸੀਂ ਦੇਖੋ ਕੋਈ ਵੀ ਅਮਰੀਕਾ ਕੈਨੇਡਾ ਜਿਵੇਂ ਜਿਵੇਂ ਇੰਗਲੈਂਡ ਹੈਗਾ ਇੱਥੇ ਜਿਹੜੀ ਜ਼ਿਆਦਾਤਰ ਨੌਜਵਾਨ ਨੇ ਇੰਟਰਪ੍ਰੈਨਿਅਰਸ਼ਿਪ ਵੱਲ ਜਾਂਦੇ ਤਾਂ ਇਹਨਾਂ ਦੀ ਤਰੱਕੀ ਦਾ ਇੱਕ ਵੱਡਾ ਸਾਧਨ ਹੈਗਾ ਇਹ ਗੱਲਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਦੱਸਣੀਆਂ ਪੈਣੀਆਂ ਜਿਹੜੀ ਅੱਗੇ ਅਗਲੀ ਪੀੜ੍ਹੀ ਆਂਦੀ ਪਈ ਹੈ ਤਾਂ ਇੱਥੇ ਤੁਸੀਂ ਰੋਕੋਗੇ ਤੁਸੀਂ ਕੰਪੈਰੀਜ਼ਨ ਕਰਾਉਂਗੇ ਵੀ ਯਾਰ ਤੁਸੀਂ ਉੱਤੇ ਕੀ ਕਰ ਰਹੇ ਹੋ ਇਹਦੇ ਉੱਤੇ ਤੁਸੀਂ ਦੱਸੋ ਇੱਕ ਭਾਸ਼ਣ ਦੇਣ ਤੋਂ ਬਾਅਦ ਕਿ ਸਰਕਾਰ ਆਪਣਾ ਮੈਂ ਕਹਿੰਦਾ ਜੇ ਕਰਦੀ ਪਈ ਹੈ ਆਪਣਾ ਫਾਲੋਅ ਅਪ ਲੈ ਕੇ ਆਵੇ ਸਰ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਮੈਂ ਚੈਲੰਜ ਕਰਦਾ ਮ ਪ੍ਰਾਪਤੀਆਂ ਗ੍ਰਾਹਣੀਆਂ ਚਾਹੀਦੀਆਂ ਸੀ ਤੇ ਮੇਰਾ ਆ ਅਗਲਾ ਰੋਡ ਮੈਪ ਆ ਫਿਰ ਬਹੁਤ ਵਧੀਆ ਗੱਲ ਸੀ ਜਿਹੜਾ ਇਹ ਚੈਲੰਜ ਦੇਣਾ ਕਿ ਪਿੱਛੇ ਕੁਝ ਹੋ ਗਿਆ ਉਹ ਹੋ ਗਿਆ ਇਹ ਤਾਂ ਇਹ ਤਾਂ ਗੱਲ ਹੋ ਗਈ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੀ ਹੁਣ ਇੱਕ ਮੁੱਦਾ ਜਿਹੜਾ S Y L ਦਾ ਬਹੁਤ ਪਖਿਆ ਹੋਇਆ S Y L ਮੁੱਦੇ ਤੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਪੰਜਾਬ ਵਸਦਾਈਆਂ ਅਸੀਂ ਇੱਕ ਵੀ ਬੂੰਦ ਜਿਹੜੀ ਆ ਪਾਣੀ ਦੀ ਉਹ ਬਾਹਰ ਨਹੀਂ ਜਾਣ ਦੇਣੀ ਚਾਹੀਏ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਲੀ ਦਲ ਆ ਚਾਹੇ ਕਾਂਗਰਸ ਹੈ ਉਹ ਤੁਸੀਂ ਸਿਸਟਮ ਨੂੰ ਕਿਵੇਂ ਦੇਖ ਰਹੇ ਹੋ ਜਿਹੜਾ ਐਸਵਾਈਐਲ ਮੁੱਦੇ ਤੇ ਸਿਆਸਤ ਹੋ ਰਹੀ ਹੁਣ ਦੇਖੋ ਅੱਜ ਤੱਕ ਜਿਹੜੀ ਐਸਵਾਈਐਲ ਦੇ ਮੁੱਦੇ ਦੇ ਉੱਤੇ ਸਿਆਸਤ ਹੀ ਹੋਈ ਹੈਗੀ ਆ ਠੀਕ ਆ ਕੰਕਰੀਟ ਕੋਈ ਨਹੀਂ ਚਾਹ ਕੋਈ ਵੀ ਪਾਰਟੀ ਆ ਰਹੀਆਂ ਨੇ ਉਹਨਾਂ ਨੇ ਕਈਆਂ ਨੇ ਸਿਆਸਤ ਨਿਰੋਲ ਸਿਆਸਤ ਕੀਤੀ ਆ ਜੇ ਬਾਕੀ ਸਟੇਟਾਂ ਦੇ ਵਿੱਚ ਰਪੇਲਿਅਨ ਲਾਅ ਦੇ ਥਰੂ ਸਮਝੌਤੇ ਕਰਾ ਸਕਦਾ ਪੰਜਾਬ ਚ ਕਿਉਂ ਨਹੀਂ ਕੀਤਾ ਜਾ ਸਕਦਾ ਤੇ ਜਿਹੜੀ ਪੰਜਾਬ ਦੀ ਅੱਜ ਦੇ ਹਾਲਾਤ ਨੇ ਹਮ तकरीबन ਵੀਪ ਜਿਹੜੇ ਜ਼ਿਲ੍ਹੇ ਨੇ ਉਹ ਬਲੂ ਦਾ ਡੇਂਜਰ ਲੈਵਲ ਤੇ ਹੈਗਾ ਪਾਣੀ ਲੈਵਲ ਉਹਨਾਂ ਦਾ ਠੀਕ ਆ ਤੇ ਐਜ਼ ਕੰਪੇਅਰ ਹਰਿਆਣਾ ਨਹੀਂ ਹੈਗਾ ਉੱਥੇ ਤੇ ਇਹਨਾਂ ਚੀਜ਼ਾਂ ਨੂੰ ਅੱਜ ਸਾਰੇ ਆਪਾਂ ਗੱਲ ਕੀ ਹੋਣੀ ਚਾਹੀਦੀ ਸੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਵੀ ਹਾਂ ਮੈਂ ਬੁੱਧੀਜੀਵੀ ਬੁਲਾਉਣਾ ਮੈਂ ਪਾਰਟੀਆਂ ਦੇ ਬੰਦੇ ਬੁਲਾਉਣਾ ਜਿਹੜੇ ਮਤਲਬ ਪ੍ਰਧਾਨ ਨੇ ਜਾਂ ਹੋਰ ਵੀ ਆਪਾਂ ਰਲ ਮਿਲ ਕੇ ਇਸ ਗੱਲ ਦੇ ਹੱਲ ਕਰੀਏ ਤਾਂ ਕਿ ਆਪਾਂ ਨੂੰ ਜੇ ਕੋਈ ਗਲਤੀਆਂ ਹੋ ਗਈਆਂ ਪਿਛਲੇ ਸਮਿਆਂ ਚ ਤਾਂ ਵੀ ਉਹਨਾਂ ਨੂੰ ਅੱਗੇ ਪੰਜਾਬ ਚ ਕਿਵੇਂ ਰੋਕਣਾ ਵੀ ਇਸ ਦੀ ਲੜਾਈ ਕਿਵੇਂ ਲੜਨੀ ਹੈ ਜਾਂ ਫਿਰ ਪੰਜਾਬ ਨੂੰ ਇਹਦਾ ਬਦਲ ਕੀ ਦੇਣਾ ਹੈਗਾ ਦੇਖੋ ਫੇਰ ਗੱਲ ਉਹੀ ਆ ਜਾਂਦੀ ਹੈ ਵੀ ਸਰਕਾਰ ਬਣੀ ਸੀ ਵੀ ਕਿਸਾਨੀ ਚ ਬਦਲ ਚੀਜ਼ਾਂ ਚ ਬਦਲਾ ਲੇ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਹੋਈ ਸੀਗੀ ਤੇ ਪਰਾਲੀ ਨੂੰ ਉਹ ਪਰਾਲੀ ਦੇ ਵੀ ਅੱਜ ਜੇ ਤੁਸੀਂ ਦੇਖੋ ਮੈਂ ਅੱਜ ਦੇ ਖ਼ਬਰਾਂ 'ਚ ਦੇਖਿਆ ਕਿ ਪਿਛਲੀ ਵਾਰ ਨਾਲੋਂ ਕੇਸਿਸ ਵੱਧ ਕੇ ਆਏ ਨੇ ਤੇ ਉਹ ਗੱਲ ਫੇਰ ਉੱਥੇ ਹੀ ਆ ਜਾਂਦੀ ਹੈ ਵੀ ਤੁਸੀਂ ਆਪਣਾ ਟੀਚਾ ਦੱਸੋ ਕੀ ਆ ਵੀ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਬਿਲਕੁਲ ਭਗਵੰਤ ਮਾਨ ਸਾਹਿਬ ਪੰਜਾਬ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਐਵੇਂ ਦਾ ਕੋਈ ਏਜੰਡਾ ਲੈ ਕੇ ਆਓਗੇ ਜੇ ਤੁਸੀਂ ਟਾਈਮ ਪਾਸ ਕਰੋਗੇ ਠੀਕ ਆ ਕਿ ਵੀ ਆ ਪਿਛਲੀਆਂ ਗੱਲਾਂ ਕਰਕੇ ਕੁਝ ਲੋਕ ਜਿਵੇਂ ਦੇਖੋ ਉਹਨਾਂ ਦਾ ਕੋਈ ਵजूद ਹੀ ਨਹੀਂ ਰਿਹਾ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਠੀਕ ਆ ਜਿਨ੍ਹਾਂ ਨੂੰ ਤੁਸੀਂ ਚੈਲੰਜ ਦੇ ਰਹੇ ਹੋ ਜਾਂ ਤਾਂ ਉਹ ਉਹ ਸੀਐਮ ਰਹੇ ਹੁਣ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਹਾਂਜੀ ਤੁਸੀਂ ਸੀਐਮ ਰਹੇ ਤੁਹਾਡੇ ਟਾਈਮ ਤੇ ਇਹ ਹੋਇਆ ਸੀ ਮੇਰੇ ਟਾਈਮ ਤੇ ਫਿਰ ਵੀ ਇਹ ਗੱਲ ਹੋ ਗਈ ਮਤਲਬ ਜਿਹੜਾ ਉਸ ਕੰਪੀਟਿਟ ਜਿਹੜੀ ਚੇਅਰ ਤੇ ਤੁਸੀਂ ਬੈਠੇ ਹੋ ਉਸ ਚੇਅਰ ਤੇ ਕੋਈ ਬੰਦਾ ਕੰਪੀਟੈਂਟ ਬੈਠਿਆ ਹੀ ਨਹੀਂ ਲੋਨਾ ਉਹਨਾਂ ਚ ਕੋਈ ਵੀ ਬੰਦਾ ਤੁਹਾਡੀ ਚੇਅਰ ਦੇ ਬਰਾਬਰ ਆ ਇਹਦੇ ਤੁਸੀਂ ਕਿਵੇਂ ਉਹਨਾਂ ਨੂੰ ਚੈਲੰਜ ਕਰ ਸਕਦੇ ਹੋ ਆਪਣੇ ਆਪ ਸੰਵਿਧਾਨਕ ਤੌਰ ਤੇ ਜਿਹੜਾ ਦੇਖਣਾ ਚਾਹੀਦਾ ਕਿ ਮर्याਦਾ ਸੰਵਿਧਾਨਕ ਤੌਰ ਤੇ ਕੀ ਬਣਦੀ ਹੈ ਤੇ ਉੱਪਰ-ਨੀਚੇ ਸੰਵਿਧਾਨਕ ਤੌਰ ਤੇ ਵੱਡਾ ਉਹਦਾ ਕੀ ਦੇ ਕੋਲ ਹਾਂਜੀ ਬਿਲਕੁਲ ਤੇ ਮਤਲਬ ਜੋ ਵੀ ਹੈ ਸੀਐਮ ਆ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੂੰ ਛੋਟੀ-ਛੋਟੀ ਗੱਲਾਂ ਤੇ ਨਹੀਂ ਮਤਲਬ ਬੋਲਣਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਨੂੰ ਨਹੀਂ ਜਿਹੜਾ ਇਹ ਸਾਰਾ ਆਖਰਕਾਰ ਲੋਕ ਸਮਝਣ ਲੱਗ ਗਏ ਨੇ ਫਿਰ ਜਿਵੇਂ ਸਮਝ ਕੇ ਇਹਨਾਂ ਨੂੰ ਮੌਕਾ ਦਿੱਤਾ ਸੋ ਇੱਕ ਸੈਸ਼ਨ ਦੀ ਗੱਲ ਕਰੀ ਸੈਸ਼ਨ ਦੀ ਗੱਲ ਕਰੀਏ ਤਾਂ ਜਿਵੇਂ ਇੱਕ ਨਿੱਜੀ ਚੈਨਲ ਤੇ ਲਾਈਵ ਗੁਰਬਾਣੀ ਪ੍ਰਸਾਰਣ ਦਾ ਮਸਲਾ ਸੀ ਉਹ ਉਦੋਂ ਸੈਸ਼ਨ ਛੱਡ ਲਿਆ ਕਿ ਉਚੇਚੇ ਤੌਰ ਤੇ ਹੁਣ ਗੁਰਬਾਣੀ ਪ੍ਰਸਾਰਣ ਸਾਰੇ ਸਪੈਸ਼ਲ ਵਿਸ਼ੇਸ਼ ਤੌਰ ਤੇ ਇੱਕ ਸੈਸ਼ਨ ਸੱਦਿਆ ਪਰ ਹੁਣ ਮਾਨਸੂਨ ਸੈਸ਼ਨ ਉਹ ਲੰਘ ਹੀ ਗਿਆ ਉਹਦੇ ਚ ਪੰਜਾਬ ਜਿਹੜਾ ਸੈਸ਼ਨ ਹੁੰਦਾ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਕਿਉਂਕਿ ਹੜ ਲੰਗੇ ਬਹੁਤ ਸਾਰੇ ਮਸਲੇ ਸੀਗੇ ਫਸਲਾਂ ਦਾ ਮੁਆਵਜ਼ਾ ਬਹੁਤ ਸਾਰੇ ਮਸਲੇ ਆਪੋਜੀਸ਼ਨ ਵੀ ਇਸ ਗੱਲ ਨੂੰ ਤਿਆਰ ਬੈਠੀ ਸੀ ਕਿ ਅਸੀਂ ਇਹ ਮਸਲਿਆਂ ਤੇ ਸਰਕਾਰ ਨੂੰ ਘੇਰਨਾ ਉਦੋਂ ਜਿਹੜਾ ਉਹ ਸੈਸ਼ਨ ਨਹੀਂ ਸੱਦਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜੋਲੀ ਸਾਹਿਬ ਬਿਲਕੁਲ ਸਹੀ ਮੁੱਦਾ ਤੁਸੀਂ ਗੱਲ ਕੀਤੀ ਹੈ ਵੀ ਜਦੋਂ ਉਹ ਸੈਸ਼ਨ ਸੱਦਿਆ ਸੀ ਮਾਨਸੂਨ ਸੈਸ਼ਨ ਤਾਂ ਸੱਜਿਆ ਹੀ ਨਹੀਂ ਕੋਈ ਬੋਲਿਆ ਹੀ ਨਹੀਂ ਹੈਗਾ ਨਾ ਅਮਰ ਜੀ ਅਸੀਂ ਸੱਦ ਲੈ ਇੱਕ ਐਮਰਜੈਂਸੀ ਸੈਸ਼ਨ ਉਸ ਸੈਸ਼ਨ ਦੇ ਵਿੱਚ ਦੇਖੋ ਗੁਰਬਾਣੀ ਬਿਲਕੁਲ ਜਿਹੜੀ ਹੈ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਹਰੇਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਪਰ ਜਿਹੜੇ ਉਹ ਸੈਸ਼ਨ ਸੀ ਜੋ ਸਾਰਾ ਮੁੱਦਾ ਸੀ ਉਹ ਇਹ ਲੱਗ ਰਿਹਾ ਸੀ ਕਿ ਬਾਦਲ ਪਰਿਵਾਰ ਦੇ ਖਿਲਾਫ ਇੱਕ ਛੜਿਆੰਤਰ ਰਚਿਆ ਜਾ ਰਿਹਾ ਹੂੰ ਠੀਕ ਆ ਵੀ ਉਹਦੇ ਮਤਲਬ ਜ਼ਿਆਦਾ ਮੁੱਦਾ ਉਹਨਾਂ ਨੂੰ ਬਾਦਲ ਲੱਗ ਰਿਹਾ ਸੀਗਾ ਠੀਕ ਆ ਤਾਂ ਮਤਲਬ ਉਹ ਇੱਕ ਜਿਹੜਾ ਇੰਡੀਪੈਂਡੈਂਟ ਸੈਸ਼ਨ ਲੱਗ ਨਹੀਂ ਰਿਹਾ ਸੀਗਾ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਹੋ ਸਕਦਾ ਭਗਵੰਤ ਮਾਨ ਸਾਹਿਬ ਤੁਸੀਂ ਕਰਨਾ ਚਾਹੁੰਦੇ ਹੋ ਪਰ ਜਿਹੜਾ ਉਹਦਾ ਨਰੇਟਿਵ ਸੈੱਟ ਹੋਇਆ ਹੋਇਆ ਸੀ ਉਹ ਨਰੇਟਿਵ ਸਿਰਫ ਇਹ ਲੱਗਦਾ ਸੀਗਾ ਕਿ ਵੀ ਬਾਦਲ ਪਰਿਵਾਰ ਦੇ ਆਲੇ ਦੁਆਲੇ ਘੁੰਮ ਰਿਹਾ ਹੈਗਾ ਸਿੱਖ ਧਰਮ ਇੱਕ ਬਹੁਤ ਵੱਡਾ ਧਰਮ ਆ ਬਹੁਤ ਕੁਝ ਸਿੱਖਣ ਨੂੰ ਹੈਗਾ ਠੀਕ ਆ ਤੇ ਤੁਸੀਂ ਸਿਰਫ ਇੱਕ ਪਰਿਵਾਰ ਤੱਕ ਉਹਨੂੰ ਸੀਮਤ ਨਾ ਕਰੋ ਠੀਕ ਆ ਤੇ ਜੇ ਤੁਸੀਂ ਕਰਨਾ ਤੁਸੀਂ ਮਤਲਬ ਬਹੁਤ ਚੰਗੀ ਤੁਹਾਡੀ ਸੋਚ ਹੈਗੀ ਸੀਗੀ ਪਰ ਉਹ ਜਿਹੜੀ ਤੁਹਾਡੀ ਗੱਲ ਸੀਗੀ ਉਹ ਫੇਰ ਤੁਹਾਡੇ ਅੰਦਰੋਂ ਜਿਹੜੀ ਇੱਕ ਉਹ ਰਾਜਨੀਤਿਕ ਲਸਟ ਜਿਹੜੀ ਤੁਹਾਡੀ ਉੱਠਦੀ ਹੈਗੀ ਆ ਜੇ ਤੁਸੀਂ बार-बार ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਉਸੇ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਕਿ ਮੇਰੇ ਵੱਲੋਂ ਇਹ ਤੁਹਾਨੂੰ ਸੁਝਾਅ ਨੇ ਕਿ ਜੇ ਪੰਜਾਬ ਦੇ ਵਿੱਚ ਨਹੀਂ ਤਾਂ ਲੋਕਾਂ ਨੇ ਪਹਿਲਾਂ ਬਦਲ ਕੇ ਹੋਰ ਆਪਸ਼ਨ ਲਏ ਤਾਂ ਲੋਕੀ ਚੌਥੀ ਆਪਸ਼ਨ ਲੈ ਕੇ ਆਣ ਵੀ ਜਾਣਦੇ ਨੇ ਤੇ ਬਹੁਤ ਜ਼ਰੂਰੀ ਆ ਬਹੁਤ ਚੰਗਾ ਲੋਕਾਂ ਨੇ ਫੈਸਲਾ ਕੀਤਾ ਨਵੇਂ ਲੋਕਾਂ ਨੂੰ ਲੈ ਕੇ ਆਏ ਡੈਮੋਕ੍ਰੇਸੀ ਨੂੰ ਬਹੁਤ ਜ਼ਰੂਰਤ ਹੈਗੀ ਆ ਜੇ ਤੁਸੀਂ ਵੀ ਨਹੀਂ ਪਰਫਾਰਮ ਕਰੋਗੇ ਤਾਂ ਲੋਕ ਲੋਕਾਂ ਕੋਲ ਆਪਸ਼ਨ ਹੈਗੇ ਲੋਕਾਂ ਕੋਲੇ ਅਗਲੀ ਆਪਸ਼ਨ ਵੀ ਤਿਆਰ ਹੈ शुक्रिया ਤੁਸੀਂ ਆਪਾਂ ਗੱਲਬਾਤ ਕੀਤੀ ਇਹ ਅਹਿਮ ਜਿਹੜੇ ਮੁੱਦੇ ਪਕੇ ਹੋਏ ਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਿਹੜੇ ਮੁੱਦੇ ਜੁੜੇ ਹੋਏ ਆ ਕਿਉਂਕਿ ਉਹਨਾਂ ਤੋਂ ਬਹੁਤ ਉਮੀਦਾਂ ਨੇ ਜਿਸ ਆਸ ਉਮੀਦਾਂ ਨਾਲ ਲੋਕਾਂ ਨੇ ਉਹਨਾਂ ਨੂੰ ਚੁਣਿਆ ਤਾਂ ਉਸੇ ਸਪਿਰਿਟ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਵੀ ਅੱਜ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਅੱਜ ਦੀ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਨੂੰ ਜਿਹੜੇ ਵਾਅਦੇ ਹੈਗੇ ਨੇ ਲੋਕਾਂ ਨੂੰ ਪ੍ਰਾਇੋਰਟੀ ਜਿਹੜੀ ਹੈ ਉਹ ਪਹਿਲ ਦੇ ਆਧਾਰ ਤੇ ਦੇਣੀ ਚਾਹੀਦੀ ਹੈ ਤੇ ਇਸ਼ਤਿਹਾਰबाजी ਜਾਂ ਜਿਹੜੇ ਇਸ ਤਰੀਕੇ ਦਾ ਮਾਹੌਲ ਹੈਗਾ ਉਹਤੇ ਸੰਕੋਚ ਕਰਕੇ ਲੋਕਾਂ ਜਿਹੜੇ ਲੋਕ ਹੈਗੇ ਨੇ ਉਹ ਆਪ ਡਿਸਾਈਡ ਕਰ ਲੈਣਗੇ ਕਿ ਉਹਨਾਂ ਨੂੰ ਕੀ ਮਿਲ ਰਿਹਾ ਕਿ ਕੀ ਨਹੀਂ ਮਿਲ ਰਿਹਾ ਸੋ ਗੱਲਬਾਤ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ